साहब जिंदाबाद, सीएम चन्नी जिंदाबाद, सीएम चन्नी जिंदाबाद, कांग्रेस पार्टी जिंदाबाद। अज जी जो भी अपने राहुल गांधी हुणी हाईकमांड ने जो भी अज कीता ऐलान चन्नी साहब दे 111 दिनां दे विच काम नूं खुश हो गए, उन्हां काम नूं बहुत वधिया काम कीता सी। उहदे नाल एसी भाईचारे वल्लों उन्हीं मुख्यमंत्री दा दावेदार चरणजीत सिंह चन्नी ਨੂੰ ਅੱਜ ਐਲਾਨ ਕੀਤਾ ਆ। ਅਸੀਂ ਸਾਡੇ ਪਿੰਡ ਨੂੰ ਸਾਰੇ ਨੂੰ ਬਹੁਤ ਖੁਸ਼ੀ ਆ, ਉਹਦੇ ਸੰਬੰਧ 'ਚ ਅਸੀਂ ਆਹ ਲੱਡੂ ਵੰਡਣ ਲੱਗੇ ਹਾਂ ਅਤੇ ਬਹੁਤ ਬਹੁਤ ਜ਼ਿਆਦੀਆਂ ਵਧਾਈਆਂ ਜੀ। ਜਿਹੜਾ ਚੰਨੀ ਸਾਹਿਬ ਦਾ ਉਹਨਾਂ ਨੇ ਸੋਚ ਕੇ ਵਧੀਆ ਸੋਚ ਕੀਤੀ ਆ, ਸਾਰਾ ਨਗਰ ਸਾਰਾ ਇਲਾਕਾ ਹੀ ਖੁਸ਼, ਸਾਰਾ ਪੰਜਾਬ ਹੀ ਖੁਸ਼ ਆ ਜੀ ਚੰਨੀ ਸਾਹਿਬ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿੱਦਾਂ ਆਪਾਂ ਸਾਰੇ ਹੁਣ ਇਕੱਠੇ ਹੋਏ ਹਾਂ, ਲੱਡੂ ਵੰਡਣ ਲੱਗੇ, ਖੁਸ਼ੀ ਜ਼ਾਹਰ ਕਰਨ ਲੱਗੇ, ਜੋ ਕਾਂਗਰਸ ਹਾਈਕਮਾਂਡ ਨੇ ਸਾਰਿਆਂ ਰਲ ਮਿਲ ਕੇ ਸੀਐਮ ਚੰਨੀ ਬਣਾਇਆ, ਉਹਦੇ ਲਈ ਸਾਰਿਆਂ ਦਾ ਧੰਨਵਾਦ ਕਰਦੇ ਹਾਈਕਮਾਂਡ ਦਾ। ਅਤੇ ਹਰੇਕ ਬੰਦੇ ਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਜ਼ਮੀਨੀ ਪੱਧਰ ਨਾਲ ਜੁੜਿਆ ਹੋਇਆ ਬੰਦਾ ਸੀਐਮ ਦਾ ਚਿਹਰਾ ਦੁਬਾਰੇ ਬਣ ਰਿਹਾ ਆ। ਇਸ ਕਰਕੇ ਜਿਹੜੀ ਹੁਣ ਵਿਕਾਸ ਉਹਨੇ ਆਪਣੇ 111 ਦਿਨਾਂ ਦੇ ਵਿੱਚ ਵਿਕਾਸ ਦੀ ਰਾਜਨੀਤੀ ਕੀਤੀ ਆ, ਜਿਹੜਾ ਇਹਨੂੰ ਥੱਲੇ ਜ਼ਮੀਨੀ ਪੱਧਰ ਤੋਂ ਉੱਠ ਕੇ ਲੋਕਾਂ ਦੇ ਕੰਮ ਕੀਤੇ, ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ, ਅੱਧੀ ਅੱਧੀ ਰਾਤ ਤੱਕ ਕੰਮ ਕਰਦਾ ਰਿਹਾ, ਉਸ ਚੀਜ਼ ਦਾ ਇਨਾਮ ਉਹਨੂੰ ਅੱਜ ਦੁਬਾਰਾ ਸੀਐਮ ਦਾ ਚਿਹਰਾ ਬਣਾ ਕੇ ਉਹਨੂੰ ਕਾਂਗਰਸ ਹਾਈਕਮਾਂਡ ਨੇ ਦਿੱਤਾ ਆ। ਜਿੱਦਾਂ ਹੁਣ ਪਿੰਡ ਆਪਾਂ ਆਪਣੇ ਪਿੰਡ ਤੋਂ ਹੀ ਦੇਖ ਲਈਏ, ਕਾਂਗਰਸ ਨੇ ਇੰਨਾ ਕੰਮ ਕੀਤਾ ਆ, ਘੱਟੋ ਘੱਟ ਦੇਖ ਲਓ ਸਾਰੇ ਪਿੰਡ ਦੇ ਵਿੱਚ ਆਪਣੇ 70% ਤੋਂ ਉੱਪਰ ਇੰਟਰਲੋਕ ਲੱਗ ਗਏ ਆ, ਕੁਛ ਕੰਮ ਚੱਲ ਰਹੇ ਆ, ਦੋ ਆਂਗਨਵਾੜੀ ਸਕੂਲ ਵੀ ਬਣ ਗਏ ਆ, ਸਾਰੀਆਂ ਸੜਕਾਂ ਆਪਣੀਆਂ ਵਧੀਆ ਬਣ ਗਈਆਂ ਆ, ਅਤੇ ਸਕੂਲਾਂ ਦੀਆਂ ਬਿਲਡਿੰਗਾਂ ਵਧੀਆ ਬਣ ਗਈਆਂ ਆ। ਗਾਹਾਂ ਵਾਸਤੇ ਵੀ ਤਾਂ ਜਿਹੜਾ ਵਿਕਾਸ ਦੀ ਰਾਜਨੀਤੀ ਨੂੰ ਪਹਿਲ ਦਿੱਤੀ ਆ, ਉਹਦੇ ਆਧਾਰ 'ਤੇ ਸੀਐਮ ਚੰਨੀ ਦਾ ਚਿਹਰਾ ਐਲਾਨਿਆ ਗਿਆ ਅੱਜ। ਪਹਿਲਾਂ ਤਾਂ ਮੈਂ ਜੀ ਰਾਹੁਲ ਗਾਂਧੀ ਜੀ ਦੀ ਲੰਬੀ ਸੋਚ ਅਤੇ ਸੱਚੀ ਜਿਹੜੀ ਸਾਡੇ ਗਰੀਬ ਤਬਕੇ ਦੇ ਨਾਲ 70 ਸਾਲ ਤੋਂ ਸਾਡਾ ਰਾਜ ਨਹੀਂ ਸੀ ਆਇਆ, ਅੱਜ ਉਹਨਾਂ ਦੀ ਸੋਚ ਨੇ ਦੁਬਾਰ ਤੋਂ ਸਾਨੂੰ ਪੈਰਾਂ 'ਤੇ ਕਰਤਾ, ਸਾਨੂੰ ਮੁੱਖ ਮੰਤਰੀ ਇੱਕ ਗਰੀਬ ਪਰਿਵਾਰ 'ਚੋਂ ਸਾਡੀ ਕੌਮ 'ਚੋਂ ਉੱਠਿਆ ਹੋਇਆ ਦੇ ਕੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਸ ਲਈ ਅਸੀਂ ਸਾਰਿਆਂ ਨੂੰ ਇੱਕਜੁੱਟ ਹੋ ਕੇ ਅਪੀਲ ਕਰਦੇ ਹਾਂ ਕਿ ਚੰਨੀ ਦੀ ਸਰਕਾਰ ਬਣਾਈਏ, ਤਾਂ ਕਿ ਆਪਾਂ ਜੋ ਗਰੀਬ ਤਬਕਾ ਪਿੱਛੇ ਰਹਿ ਗਿਆ ਉਹਨੂੰ ਅੱਗੇ ਵਧਾ ਸਕੀਏ। ਗੁਰੂਦੇਵ, ਧੰਨ ਗੁਰੂਦੇਵ। ਅੱਜ ਸਾਰੀ ਹਾਈਕਮਾਂਡ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ, ਸਾਡੇ ਰਾਹੁਲ ਗਾਂਧੀ, ਸੋਨੀਆ ਗਾਂਧੀ ਦਾ, ਜਿਨ੍ਹਾਂ ਨੇ ਐਸਸੀ ਸਮਾਜ ਦੇ ਵਿੱਚੋਂ ਉੱਠੇ ਸਰਦਾਰ ਚਰਨਜੀਤ ਸਿੰਘ ਚੰਨੀ ਨੂੰ ਸੀਐਮ ਦਾ ਦੁਬਾਰਾ ਚਿਹਰਾ ਲਾਦਿਆਂ, ਅਸੀਂ ਬੜਾ ਧੰਨਵਾਦੀ ਹਾਂ। ਇਸੀ ਖੁਸ਼ੀ ਵਿੱਚ ਸਾਡੇ ਪਿੰਡ ਤਲਵਣ ਤੋਂ ਸਰਪੰਚ ਸਾਹਿਬ ਬਾਈ ਜੀ, ਉਹਨਾਂ ਨੇ ਸਾਰਿਆਂ ਨੇ ਰਲ ਕੇ ਆਪਾਂ ਸਲਾਹ ਕੀਤੀ ਵੀ ਉਸ ਖੁਸ਼ੀ ਵਿੱਚ ਲੱਡੂ ਵੰਡੇ ਜਾਣ। ਬਸ ਇੱਕ ਮੈਂ ਜ਼ਿਆਦਾ ਨਹੀਂ, ਇੱਕ ਛੋਟੀ ਜਿਹੀ ਹੋਰ ਤੁਹਾਡੇ ਮਾਧਿਅਮ ਰਾਹੀਂ ਮੈਂ ਬੇਨਤੀ ਕਰਨੀ ਆ ਵੀ ਕੋਈ ਵੀ ਲੀਡਰ ਆ, ਕੋਈ ਵੀ ਮੰਤਰੀ ਆ, ਉਹ ਥੋੜ੍ਹਾ ਜਿਹਾ ਨਾ ਦਲਿਤ ਚਿਹਰਾ ਮੂਹਰੇ ਜਦੋਂ ਲਾਉਂਦੇ ਆ ਉੱਥੋਂ ਸਾਨੂੰ ਬੜੀ ਨਫ਼ਰਤ ਹੁੰਦੀ ਆ। ਐਸੀ ਭਾਈਚਾਰੇ ਨਾਲ ਰਿਲੇਟਡ ਜਿਹੜਾ ਬੰਦਾ ਐਸੀ ਲਾ ਕੇ ਚੱਲੇ ਤਾਂ ਜ਼ਿਆਦਾ ਵਧੀਆ, ਹੁਣ ਜਿਹੜੀਆਂ ਦਲਿਤ ਵਾਲੀਆਂ ਗੱਲਾਂ ਬਹੁਤ ਪਿੱਛੇ ਰਹਿ ਚੁੱਕੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।